ਇਸ ਸ਼ਖਸ ਨੂੰ ਆਈ ਬੜੀ ਦਰਦਨਾਕ ਮੌਤ। ਡਿੱਗਿਆ ਇੱਟਾਂ ਦੇ ਭਖਦੇ ਭੱਠੇ ਚ, ਅੱਗ ਚ ਝੁਲਸ ਕੇ ਹੋ ਗਈ ਮੌਤ। ਤਾਂ ਦੱਸ ਦੇ ਕਿ ਇੱਟਾਂ ਦੇ ਭੱਠੇ ਦੇ ਵਿੱਚ ਡਿੱਗਣ ਨਾਲ ਇੱਕ ਸ਼ਖਸ ਦੀ ਬੜੀ ਦਰਦਨਾਕ ਮੌਤ ਹੋਈ ਹੈ। ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸ਼ਖਸ ਭੱਠੇ ਤੇ ਕੰਮ ਕਰਦਾ ਸੀ, ਜਿਸ ਦਾ ਨਾਮ ਰਕੇਸ਼ ਦੱਸਿਆ ਜਾ ਰਿਹਾ ਹੈ। ਤਾਂ ਇਸਦੇ ਇੱਕ ਸਾਥੀ ਨੇ ਦੱਸਿਆ ਕਿ ਸਵੇਰੇ 6 ਵਜੇ ਇਹ ਭੱਠੇ ਤੇ ਕੰਮ ਕਰਨ ਦੇ ਲਈ ਆਏ ਸੀ। ਤਾਂ ਇਹ ਸ਼ਖਸ ਭੱਠੇ ਤੇ ਦੂਸਰੀ ਸਾਈਡ ਕੰਮ ਕਰ ਰਿਹਾ ਸੀ। ਤਾਂ ਕੁਝ ਦੇਰ ਬਾਅਦ ਮ੍ਰਿਤਕ ਰਕੇਸ਼ ਕੁਮਾਰ ਉੱਥੇ ਮੌਜੂਦ ਨਹੀਂ ਸੀ ਤੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਤਾਂ ਉਹਨਾਂ ਨੂੰ ਸ਼ੱਕ ਪਿਆ, ਤਾਂ ਭੱਠੇ ਦੇ ਪੱਖੇ ਨੂੰ ਵੇਖਿਆ ਗਿਆ ਤਾਂ ਉਸਦੇ ਉੱਪਰ ਪੱਥਰ ਦਾ ਢੱਕਣ ਟੁੱਟਾ ਪਿਆ ਸੀ ਤੇ ਮ੍ਰਿਤਕ ਰਕੇਸ਼ ਕੁਮਾਰ ਭੱਠੇ ਦੇ ਵਿੱਚ ਡਿੱਗਿਆ ਹੋਇਆ ਸੀ। ਤਾਂ ਜਦ ਉਸਨੂੰ ਮਜ਼ਦੂਰਾਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਤਾਂ ਅੱਗ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਝੁਲਸਿਆ ਪਿਆ ਸੀ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਮੌਕੇ 'ਤੇ ਮਜ਼ਦੂਰ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹਨਾਂ ਦੇ ਮਾਲਕ ਵੱਲੋਂ ਭੱਠੇ 'ਤੇ ਕੰਮ ਕਰਨ ਦੇ ਲਈ ਉਹਨਾਂ ਨੂੰ ਕਿਹਾ ਗਿਆ, ਫਿਰ ਉਹਨਾਂ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਜਿਸ ਦੀ ਸੂਚਨਾ ਜਦ ਪੁਲਿਸ ਨੂੰ ਮਿਲੀ ਤਾਂ ਮੌਕੇ 'ਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਜਾਂਦਾ। ਤਾਂ ਇਸ ਸੰਬੰਧੀ ਪੁਲਿਸ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ। ਤਾਂ ਉਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਤਾਂ ਬੜਾ ਹੀ ਦਰਦਨਾਕ ਹਾਦਸਾ ਹੋਇਆ ਜਿੱਥੇ ਇੱਕ ਭੱਠੇ 'ਤੇ ਕੰਮ ਕਰਦਿਆਂ ਮਜ਼ਦੂਰ ਹੈ ਜਿਹੜਾ ਭੱਠੇ ਦੇ ਵਿੱਚ ਡਿੱਗ ਜਾਂਦਾ, ਤਾਂ ਜਿਸ ਦੇ ਅੰਦਰ ਕਾਫ਼ੀ ਅੱਗ ਹੁੰਦੀ ਹੈ, ਤਾਂ ਅੱਗ ਦੇ ਵਿੱਚ ਇਹ ਇੱਟਾਂ ਭੱਖਦੀਆਂ ਹੁੰਦੀਆਂ, ਤਾਂ ਇਸ ਦੇ ਵਿੱਚ ਇਹ ਸ਼ਖਸ ਡਿੱਗ ਜਾਂਦਾ ਜਿਸ ਕਾਰਨ ਇਸ ਦੀ ਮੌਤ ਹੋ ਗਈ ਹੈ। ਤਾਂ ਦੱਸ ਦੇ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇਹ ਦਰਦਨਾਕ ਹਾਦਸਾ ਹੋਇਆ ਤੇ ਭੱਠੇ ਦੇ ਵਿੱਚ ਡਿੱਗ ਕੇ ਇਸ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਹਾਂ ਕੰਮ ਕਰਤੇ ਹੋ? ਇਸੀ ਭੱਠੇ ਪੇ ਕੋਇਲਾ ਵਾਟ ਸਾਹਿਬ। ਕਹਾਂ ਹੈ ਜੀ? ਯੇ ਕੋ ਕਿਆ ਕਿਆ ਘਟਨਾ ਹੋਈ ਸੀ? ਹਾਂ, ਘਟਨਾ ਹੋਈ ਤੇ ਇੱਕ ਜਲਾਈ ਵਾਲਾ ਦਾ ਉਹ ਸੂਬੇ ਮੇ ਆਇਆ, ਉਸਕੇ ਬਾਅਦ ਚਾਬੀ ਉਪਰ ਕਰ ਰਹਾ ਥਾ ਤੋ ਇਹ ਢੱਕਣ ਢੱਕਣ ਕੋ ਉਪਰ ਕਿਆ ਬੋਲਦੇ ਟੂਟ ਪੱਥਰ ਰੱਖਾ ਹੁਆ ਥਾ, ਪੱਥਰ ਟੂਟ ਗਿਆ ਔਰ ਢੱਕਣ ਕੇ ਪੱਥਰ ਕੇ ਸਾਥ ਮੇ ਨੀਚੇ ਚਲਾ ਗਿਆ। ਕਿਤਨੇ ਵਜੇ ਘਟਨਾ ਹੋਈ ਸੀ? ਇਸ 6:30 ਵਜੇ ਕੀ ਬਾਤ। ਕਿਆ ਆਪ ਕੋਈ ਆਇਆ ਕੋਈ ਦੇਖਨੇ? ਕੋਈ ਆਪ ਮੁਨਸੀ ਆਇਆ, ਸਭ ਲੋਕ ਆਏ, ਪੁਲਿਸ ਵਾਲੇ ਵੀ ਆਏ, ਦੇਖ ਵੇਖ ਕੇ ਬਾਡੀ ਕੋ ਵਹਾਂ ਪੇ ਹਸਪਤਾਲ ਮੇ ਧਰਵਾ ਲਿਆ ਔਰ ਕੁਛ ਸੁਣਵਾਈ ਨਹੀਂ ਕਰ ਰਹੇ, ਬੋਲਤੇ ਚਾਲੂ ਕਰੋ ਬਟ। ਕਿਆ ਆਪ ਅਬ ਕਿਆ ਮੰਗ ਕਰਤੇ ਹੋ? ਮੰਗ ਕਿਆ ਕਰਤੇ, ਅਭੀ ਘਰ ਵਾਲੇ ਆਏਂਗੇ, ਮਿਸਤਰੀ ਆਏਗਾ ਮੇਰਾ, ਫਿਰ ਬਾਤ ਹੋਊਗੀ, ਕਿਆ ਬੋਲਤੇ। ਚਲੇ ਗਏ ਭੱਠੇ 'ਤੇ ਮਾਮਲਾ ਸਾਹਮਣੇ ਆਇਆ ਸੀਗਾ ਮਜ਼ਦੂਰ ਦਾ, ਜਾਣਨ ਦਾ ਕੀ ਮਾਮਲਾ? ਸਵੇਰੇ ਤਕਰੀਬਨ 10 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਰਕੇਸ਼ ਕੁਮਾਰ ਪੁੱਤਰ ਸੋਚਪਾਲੀ ਜਿਹੜਾ ਯੂਪੀ ਦਾ ਰਹਿਣ ਵਾਲਾ, ਇਹ ਪਾਲੀ ਦਾ ਭੱਠਾ ਹੋਇਆ ਕੋਟਸਰੀ ਦੇ ਵਿੱਚ, ਉੱਥੇ ਕੰਮ ਕਰਦਾ ਸੀਗਾ। ਉੱਥੇ ਇੱਟਾਂ ਫਸਾਉਣ ਵਾਸਤੇ ਉੱਥੇ ਭੱਠੇ ਦੇ ਵਿੱਚ ਅੱਗ ਬਾਲੀ ਹੋਈ ਸੀਗੀ, ਜਿਹਦੇ ਵਿੱਚ ਇਹ ਅਚਾਨਕ ਕਿਸੇ ਦੇ ਦਿਖ ਪਿਆ ਅਤੇ ਜਿਹਦੇ ਨਾਲ ਇਹਦੀ ਮੌਤ ਹੋ ਗਈ ਸੀ। ਇਹਦੀ ਡੈਡ ਬਾਡੀ ਇੱਥੋਂ ਕੱਢ ਕੇ ਸਿਵਲ ਹੋਸਪਿਟਲ ਆਪਾਂ ਗੜ੍ਹ ਸ਼ੰਕਰ ਪਾਈ ਹੈ। ਇਹਦੇ ਜਿਹੜੇ ਵਾਰਸ ਹੈ ਉਹ ਯੂਪੀ ਤੋਂ ਚੱਲੇ, ਉਹਨਾਂ ਦੇ ਜਾਂ ਸ਼ਾਮ ਤੱਕ ਜਾਂ ਸਵੇਰ ਤੱਕ ਪਹੁੰਚ ਜਾਣ, ਵੀ ਉਹਨਾਂ ਦੇ ਬਿਆਨਾਂ ਮੁਤਾਬਕ ਜੋ ਕਾਰਵਾਈ ਕਰਨ ਕਹਿਣਗੇ ਉਹਦੇ ਮੁਤਾਬਕ ਕਾਰਵਾਈ ਯੂਪੀ ਦਾ।